ਖਾਸ ਤੌਰ ਤੇ ਇੱਕ ਨਾਮ ਜਿਹੜਾ ਸਿਆਸੀ ਫਿਜ਼ਾ ਦੇ ਵਿੱਚ ਚਰਚਾ 'ਚ ਹੈ, ਗੁਰਮੀਤ ਸਿੰਘ ਮੀਤ ਹੇਅਰ। ਇੱਥੇ ਰਸਤੇ 'ਚ ਜਾਂਦੇ ਸੀ ਤਾਂ ਤੁਹਾਡਾ ਫੋਨ ਵੀ ਆ ਗਿਆ ਸੀ, ਇੱਥੇ ਰੁਕ ਕੇ ਸੀ, ਚਲੋ ਰੋਟੀ ਪਾਣੀ ਜਿਹੜਾ ਇੰਨੇ ਉਹ ਖਾ ਲਈਏ। ਸੁਬਹਾ ਤੋਂ ਲੈ ਕੇ ਰਾਤ ਤੱਕ ਤਿੰਨੋਂ ਟਾਈਮ ਦਾ ਖਾਣਾ ਵੀ ਜਿਹੜਾ ਮੈਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਰੁਕ ਕੇ ਆਈ ਕਿਤੇ ਖੇਤ 'ਚ ਹੀ ਖਾਂਦੇ। ਮਾਨ ਸਾਹਿਬ ਦੋ ਵਾਰੀ MP ਬਣੇ ਤਾਂ ਉਹ ਵਿਰੋਧੀ ਧਿਰ ਦੇ ਵਿੱਚ ਸੀ ਅਤੇ ਉੱਥੇ ਬਹੁਤ ਉਹਨਾਂ ਨੇ ਜ਼ੋਰ ਸ਼ੋਰ ਨਾਲ ਜਿਹੜੀ ਲੋਕਾਂ ਦੀ ਆਵਾਜ਼ ਇਕੱਲੇ ਸੰਗਰੂਰ ਦਿਆਂ ਨਹੀਂ ਪੰਜਾਬ ਦਿਆਂ ਦੀ ਉਠਾਈ। ਇੰਡੀਆ ਲੈਣ ਦੀ ਸਰਕਾਰ ਆਉਣੀ ਹੈ ਜਿਹਦੇ ਆਮ ਆਦਮੀ ਪਾਰਟੀ ਹਿੱਸਾ ਹੈਗੀ। ਸੋ ਐਤਕੀ ਕੇਂਦਰ ਦੇ ਵਿੱਚ ਮਸਲੇ ਇਕੱਲੇ ਚੱਕਣ ਵਾਲੇ ਨਹੀਂ, ਮਸਲੇ ਆਪਾਂ ਹੱਲ ਕਰਨ ਵਾਲੇ ਪਾਸੇ ਜਿਹੜੇ ਆ ਉਹ ਹੋਵਾਂਗੇ। ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ ਅਤੇ ਸੰਗਰੂਰ ਹੌਟ ਸੀਟ ਕਹੀ ਜਾ ਰਹੀ ਹੈ, ਮਲਟੀ ਕਾਰਨਰ ਕੰਟੈਸਟ ਹੈ ਇਸ ਵਾਰ, ਅਤੇ ਖਾਸ ਤੌਰ 'ਤੇ ਇੱਕ ਨਾਮ ਜਿਹੜਾ ਸਿਆਸੀ ਫਿਜ਼ਾ ਦੇ ਵਿੱਚ ਚਰਚਾ 'ਚ ਹੈ, ਗੁਰਮੀਤ ਸਿੰਘ ਮੀਤ ਹੇਅਰ ਪੰਜਾਬ 'ਚ ਮੰਤਰੀ ਵੀ ਨੇ ਅਤੇ ਇਸ ਵੇਲੇ ਸਾਡੇ ਨਾਲ ਨੇ, ਲੋਕ ਸਭਾ ਹਲਕਾ ਸੰਗਰੂਰ 'ਚ ਆਏ ਹੋਏ ਆ। ਮੀਤ ਜੀ ਬਹੁਤ ਬਹੁਤ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਚੈਨਲ 'ਤੇ। ਧੰਨਵਾਦ ਗੌਰਵ ਜੀ। ਮੀਤ ਜੀ, ਅਦਰ ਦੈਨ ਸਿਆਸੀ ਤੁਹਾਡੇ ਕੋਲ ਅਸੀਂ ਪੁੱਛਾਂਗੇ, ਪਰ ਸਭ ਤੋਂ ਪਹਿਲਾਂ ਤਾਂ ਜਦੋਂ ਹੁਣ ਜਿਵੇਂ ਸਵੇਰ ਦਾ ਆਗਾਜ਼ ਹੈ, ਸਵੇਰੇ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ ਅਤੇ ਤੁਹਾਨੂੰ ਅਸੀਂ ਖੇਤਾਂ 'ਚ ਹੀ ਪਾਇਆ, ਕਿਉਂਕਿ ਜੀ ਸੁਬਹਾ ਤੋਂ ਲੈ ਕੇ ਰਾਤ ਤੱਕ ਤਿੰਨੋਂ ਟਾਈਮ ਦਾ ਖਾਣਾ ਵੀ ਜਿਹੜਾ ਮੈਨੂੰ ਲੱਗਦਾ ਵੀ ਉਹ ਕਿਤੇ ਨਾ ਕਿਤੇ ਰੁਕ ਕੇ ਆਈ ਕਿਤੇ ਖੇਤ 'ਚ ਹੀ ਖਾਂਦੇ, ਕਿਉਂਕਿ ਟਾਈਮ ਤਾਂ ਜਿਹੜਾ ਹੁੰਦਾ ਨਹੀਂ ਜਾਂ ਗੱਡੀ ਦੇ ਵਿੱਚ। ਹੁਣ ਵੀ ਸਵੇਰ ਦੀ ਕਿਉਂਕਿ ਸ਼ੁਰੂਆਤ ਆ ਕੀਤੀ ਹੋਈ ਹੈ ਮੀਟਿੰਗਾਂ ਦੀ, ਇੱਥੇ ਰਸਤੇ 'ਚ ਜਾਂਦੇ ਸੀ ਤਾਂ ਤੁਹਾਡਾ ਫੋਨ ਵੀ ਆ ਗਿਆ ਸੀ, ਇੱਥੇ ਰੁਕ ਕੇ ਸੀ, ਚਲੋ ਰੋਟੀ ਪਾਣੀ ਜਿਹੜਾ ਇੰਨੇ ਉਹ ਖਾ ਲਈਏ, ਮਤਲਬ ਬ੍ਰੇਕਫਾਸਟ ਖੇਤਾਂ 'ਚ। ਹਾਂ, ਬ੍ਰੇਕਫਾਸਟ ਇੱਥੇ ਹੁਣ ਜਿਹੜਾ ਉਹ ਕੀਤਾ, ਕਿਉਂਕਿ ਤੜਕੀ ਜਿਹੜੀ ਕੰਪੇਨ ਹੈ ਉਹ ਸ਼ੁਰੂ ਹੋ ਜਾਂਦੀ ਹੈ ਤਕਰੀਬਨ 6:30-7 ਵਜੇ ਘਰੋਂ ਜਿਹੜਾ ਨਿਕਲ ਜਾਂਦੇ ਹਾਂ ਅਤੇ ਰਾਤ ਨੂੰ ਘਰੇ ਵੜਦਿਆਂ ਨੂੰ 12 ਜਿਹੜੇ ਉਹ ਵੱਜ ਜਾਂਦੇ ਆ, ਹੈ ਨਾ। ਅਸੀਂ ਆਪਦੀ ਤਿੰਨੇ ਟਾਈਮ ਦੀ ਰੋਟੀ ਪੈਕ ਕਰਵਾ ਕੇ ਚੱਲੀ ਦੀ ਹੈ। ਕਈ ਵਾਰ ਇਹ ਵੀ ਹੁੰਦਾ ਵੀ ਕਿਤੇ ਉੱਥੇ ਵੀ ਹੁੰਦਾ ਖਾ ਲੈਂਦੇ ਹਾਂ ਅਤੇ ਕਈ ਵਾਰੀ ਤਿੰਨੇ ਟਾਈਮ ਦੀ ਵੀ ਵਾਪਸ ਆ ਜਾਂਦੀ ਹੈ, ਕਈ ਵਾਰ ਖਾਧੀ ਵੀ ਜਾਂਦੀ ਹੈ। ਠੀਕ ਗੱਲ ਹੈ, ਇਹ ਵੀ ਗੱਲ ਸਹੀ ਹੈ। ਅਤੇ ਹੁਣ ਜਿਹੜਾ ਇੱਕ ਸੰਗਰੂਰ ਵਾਸੀਆਂ ਨੂੰ ਆਪਾਂ ਨਾਲ ਗੱਲ ਕਰਨੀ ਹੈ ਅਤੇ ਸਮਝਾਉਣਾ ਵੀ ਹੈ, ਦੱਸਣਾ ਵੀ ਹੈ ਕਿ ਅਗਰ ਗੁਰਮੀਤ ਮੀਤ ਹੇਅਰ MP ਬਣ ਜਾਂਦੇ ਆ ਤਾਂ ਮਤਲਬ ਕਿ ਸੰਗਰੂਰ ਵਾਸੀ ਕਿਸ ਲਈ ਖੁਸ਼ ਹੋਣ ਕਿ ਮੀਤ ਜੀ ਉੱਥੇ ਜਾ ਕੇ ਸਾਡੀ ਕਿਹੜੀ ਆਵਾਜ਼ ਬੁਲੰਦ ਕਰਨਗੇ, ਕਿਹੜੀਆਂ ਮੁਸ਼ਕਲਾਂ ਸਾਡੀਆਂ ਹੱਲ ਹੋਣਗੀਆਂ ਪਾਰਲੀਮੈਂਟ 'ਚ? ਦੇਖੋ ਗੌਰਵ ਜੀ, ਜੋ ਨਾ ਐਤਕੀ ਵੱਡੀ ਗੱਲ ਹੈ, ਕਿਉਂਕਿ ਅੱਗੇ ਜਦੋਂ ਸਾਡੇ ਮਾਨ ਸਾਹਿਬ ਦੋ ਵਾਰੀ MP ਬਣੇ ਤਾਂ ਉਹ ਵਿਰੋਧੀ ਧਿਰ ਦੇ ਵਿੱਚ ਸੀ ਅਤੇ ਉੱਥੇ ਬਹੁਤ ਉਹਨਾਂ ਨੇ ਜ਼ੋਰ ਸ਼ੋਰ ਨਾਲ ਜਿਹੜੀ ਲੋਕਾਂ ਦੀ ਆਵਾਜ਼ ਇਕੱਲੇ ਸੰਗਰੂਰ ਦਿਆਂ ਨਹੀਂ ਪੰਜਾਬ ਦਿਆਂ ਦੀ ਉਠਾਈ ਅਤੇ ਬਤੌਰ ਵਿਰੋਧੀ ਧਿਰ MP ਉਹਨਾਂ ਦਾ ਜਿਹੜਾ ਪ੍ਰਦਰਸ਼ਨ ਸੀ ਉਹ ਲਾਜਵਾਬ ਰਿਹਾ। ਅਤੇ ਹੁਣ ਜਿਹੜਾ ਮਾਹੌਲ ਅੱਜ ਦੀ ਘੜੀ ਇਹ ਬਣਿਆ ਹੋਇਆ, ਕਿਉਂਕਿ ਆਮ ਆਦਮੀ ਪਾਰਟੀ ਇੰਡੀਆ ਅਲਾਇੰਸ ਦਾ ਹਿੱਸਾ ਹੈ ਅਤੇ ਕੇਂਦਰ ਦੇ ਵਿੱਚ BJP ਦੀ ਸਰਕਾਰ ਹੈ ਜਿਹੜੀ ਉਹ 100% ਜਿਹੜੀ ਜਾ ਰਹੀ ਹੈ ਅਤੇ ਉੱਥੇ ਇੰਡੀਆ ਲੈਣ ਦੀ ਸਰਕਾਰ ਆਉਣੀ ਹੈ ਜਿਹਦੇ ਆਮ ਆਦਮੀ ਪਾਰਟੀ ਹਿੱਸਾ ਹੈਗੀ। ਸੋ ਐਤਕੀ ਕੇਂਦਰ ਦੇ ਵਿੱਚ ਮਸਲੇ ਇਕੱਲੇ ਚੱਕਣ ਵਾਲੇ ਨਹੀਂ, ਮਸਲੇ ਆਪਾਂ ਹੱਲ ਕਰਨ ਵਾਲੇ ਪਾਸੇ ਜਿਹੜੇ ਆ ਉਹ ਹੋਵਾਂਗੇ। ਸੋ ਬੜੇ ਵੱਡੇ ਮਸਲੇ ਨੇ ਸੰਗਰੂਰ ਦੇ, ਕਿਉਂਕਿ ਚਲੋ ਠੀਕ ਹੈ ਵੈਸੇ ਬੜਾ ਇਹ ਇਤਿਹਾਸਿਕ ਜਿਹੜਾ ਸ਼ਹਿਰ ਹੈ, ਬਹੁਤ ਇਤਿਹਾਸਿਕ ਪਿਛੋਕੜ ਹੈ, ਬਟ ਕਹਿ ਲਓ ਇੱਕ ਤਾਂ ਅਸੀਂ ਕੋਈ ਵੱਡੀ ਸਾਡੇ ਕੋਈ ਕੇਂਦਰੀ ਕੋਈ ਯੂਨੀਵਰਸਿਟੀ ਨਹੀਂ, ਕੋਈ ਐਜੂਕੇਸ਼ਨ ਦਾ ਅਦਾਰਾ ਨਹੀਂ ਅਤੇ ਰੁਜ਼ਗਾਰ ਦੇ ਪਾਸੋਂ ਵੀ ਪਛੜਾ ਹੋਇਆ, ਕੋਈ ਵੱਡੀ ਇੰਡਸਟਰੀ ਨਹੀਂ, ਹੈ ਨਾ। ਐਗਰੀਕਲਚਰ ਬੇਸ ਸਾਰੀ ਇੱਥੇ ਇਕੋਨਮੀ ਹੈ, ਐਗਰੋ ਬੇਸਡ ਇੰਡਸਟਰੀ ਇੱਥੇ ਅੱਛੀ ਜਿਹੜੀ ਮਤਲਬ ਕਿ ਉਹਦਾ ਫਿਊਚਰ ਹੈ ਜਿਹੜਾ ਉਹ ਹੋ ਸਕਦਾ ਹੈ ਨਾ।
ਤੇ ਇਹ ਜਿਹੜੇ ਉਹ ਨੇ ਮਤਲਬ ਕਿ ਮਸਲੇ ਜਿਨ੍ਹਾਂ ਤੇ ਵਧੇਰੇ ਰੁਜ਼ਗਾਰ ਨੂੰ ਲੈ ਕੇ ਧਿਆਨ, ਇੰਡਸਟਰੀਅਲਾਈਜੇਸ਼ਨ ਨੂੰ ਲੈ ਕੇ ਧਿਆਨ ਕੇਂਦਰਿਤ ਕਰਨ ਦੀ ਜ਼ਰੂਰਤ ਹੈ, ਜਿਹਦੇ ਅਸੀਂ ਕਰਾਂਗੇ। ਇੱਕ ਮੈਂ ਚੀਜ਼ ਜਿਹੜੀ ਤੁਹਾਡੇ ਕੋਲ ਜਿਵੇਂ ਹੁਣ ਆ ਰਿਹਾ ਸੀ ਤੁਹਾਡੇ ਹਲਕੇ ਦੇ ਵਿੱਚ ਸੀਗਾ, ਤੇ ਮੈਂ ਚੀਜ਼ ਦੇਖ ਰਿਹਾ ਸੀਗਾ ਕਿ ਇੱਥੇ ਜੋ ਲੋਕਾਂ ਨਾਲ ਵੀ ਮੈਂ ਗੱਲਬਾਤ ਕੀਤੀ ਕਹਿੰਦੇ ਇੱਕ ਨਸ਼ਾ ਰੁਜ਼ਗਾਰ ਅਤੇ ਸੜਕਾਂ 'ਤੇ ਜਦੋਂ ਮੈਂ ਦੇਖਿਆ ਨਾ ਆਵਾਰਾ ਪਸ਼ੂ ਡੰਗਰ ਬਹੁਤ ਜ਼ਿਆਦਾ ਸੀਗੇ, ਮਤਲਬ ਕਿ ਡਜ਼ਨਟ ਲੁੱਕ ਲਾਈਕ ਅ ਬਿਗ ਸਿਟੀ, ਮਤਲਬ ਕਿ ਉਸ ਵਾਲੇ ਪਾਸੇ ਵੱਧ ਹੀ ਨਹੀਂ ਰਿਹਾ। ਹੁਣ ਮੈਂ ਚੰਡੀਗੜ੍ਹ ਤੋਂ ਤੁਹਾਡੇ ਵਾਲੇ ਪਾਸੇ ਇੱਧਰ ਜਦੋਂ ਇੱਧਰ ਆਇਆ ਉਹ ਫੀਲ ਜੇ ਨਹੀਂ ਆ ਰਹੀ, ਲੋਕ ਕਹਿੰਦੇ ਪਤਾ ਨਹੀਂ ਸਾਨੂੰ ਨਾ ਮਤਲਬ ਕਿ ਸਾਈਡ ਲਾਈਨ ਕੀਤਾ ਹੋਇਆ। ਮੈਂ ਉਹੀ ਕਹਿਣਾ ਨਾ ਕਿਉਂਕਿ ਲੁਧਿਆਣਾ, ਜਲੰਧਰ, ਅੰਮ੍ਰਿਤਸਰ ਜਿਹੜੇ ਇੰਡਸਟਰੀ ਦੇ ਕਰਕੇ ਉਹ ਸ਼ਹਿਰ ਜਿਹੜੇ ਆ ਕਾਫੀ ਜਿਹੜੀ ਤਰੱਕੀ ਹੈ ਪਿਛਲੇ ਸਮੇਂ 'ਚ ਕਰਕੇ, ਹੈ ਨਾ, ਅਤੇ ਅੱਜ ਦੀ ਘੜੀ ਕਿਸੇ ਡਿਸਟ੍ਰਿਕਟ ਦੀ ਤਰੱਕੀ ਜਿਹੜੀ ਹੈ ਅਤੇ ਨਾਲੇ ਨਸ਼ਾ ਵੀ ਇਨਡਾਇਰੈਕਟਲੀ ਇਹਦੇ ਨਾਲ ਹੀ ਜੁੜਿਆ ਹੋਇਆ, ਕਿਉਂਕਿ ਅਸੀਂ ਸਖਤੀ ਤਾਂ ਕਰ ਹੀ ਰਹੇ ਹਾਂ, ਪਹਿਲੀ ਵਾਰ ਹੈ ਕੋਈ ਸਰਕਾਰ ਜਿਹੜੀ ਪ੍ਰੋਪਰਟੀਆਂ ਵੀ ਕੁਰਕ ਕਰ ਰਹੀ ਹੈ ਜਿਹੜੇ ਨਸ਼ਾ ਤਸਕਰ ਹੈ, ਉਹਦੇ ਨਾਲ ਨਾਲ ਜਿਹੜੀ ਅਸੀਂ ਵੀ ਡਿਮਾਂਡ ਹੈ ਨਸ਼ੇ ਦੀ ਖਤਮ ਹੋਵੇ ਉਹਦੇ 'ਤੇ ਵੀ ਧਿਆਨ ਕੇਂਦਰਿਤ ਕਰ ਰਹੇ ਹਾਂ। ਉਹਦੇ ਲਈ ਜਿਵੇਂ ਤੁਹਾਨੂੰ ਪਤਾ ਵੀ ਭਾਈ ਸਪੋਰਟਸ ਲਈ ਸਰਕਾਰ ਨੇ ਬਹੁਤ ਜਿਹੜੇ ਉਪਰਾਲੇ ਆ ਕੀਤੇ ਹੈਗੇ, ਖੇਡਾਂ ਵਧਣ ਪੰਜਾਬ ਦੀਆਂ ਕਰਵਾਈਆਂ, ਜਿਹੜੀਆਂ ਸਰਕਾਰੀ ਖੇਡਾਂ 'ਚ ਕਦੇ 10,000 ਬੱਚਾ ਪਾਰਟੀਸਪੇਟ ਨਹੀਂ ਸੀ ਕਰਦਾ, ਪਿਛਲੇ ਸਾਲ 3.5 ਲੱਖ, ਅਤੇ ਐਤਕੀ 4,65,000 ਬੱਚਿਆਂ ਨੇ ਜਿਹੜਾ ਉਹ ਪਾਰਟੀਸਪੇਟ ਆ ਉਹ ਕੀਤਾ। ਉਦੋਂ ਇਲਾਵਾ ਬੜੀ ਅੱਛੀ ਸਪੋਰਟਸ ਪੋਲਿਸੀ ਜਿਹੜੀ ਆ ਉਹ ਆਈ ਹੈ, 1,000 ਸਪੋਰਟਸ ਨਰਸਰੀ ਪੂਰੇ ਪੰਜਾਬ ਦੇ ਵਿੱਚ ਖੁੱਲ੍ਹ ਰਹੀਆਂ, 300 ਕੋਚ ਸੀ ਅਤੇ ਆਉਣ ਵਾਲੇ 2 ਸਾਲਾਂ 'ਚ 2,000 ਕੋਚਾਂ ਤੋਂ ਉੱਪਰ ਜਿਹੜੀ ਪੰਜਾਬ 'ਚ ਗਿਣਤੀ ਜਿਹੜੀ ਹੈ ਉਹ ਹੋ ਜਾਣੀ ਹੈ। ਸੋ ਦੋ ਹੀ ਤਰੀਕੇ ਆ ਜਿਹੜੀ ਡਿਮਾਂਡ ਖਤਮ ਕਰਨ ਦੇ ਲਈ, ਇੱਕ ਤਾਂ ਨੌਕਰੀਆਂ ਰੁਜ਼ਗਾਰ ਅਤੇ ਦੂਜਾ ਸਪੋਰਟਸ। ਅਸੀਂ ਦੋਨੋਂ ਚੀਜ਼ਾਂ 'ਤੇ ਧਿਆਨ ਜਿਹੜਾ ਦੇ ਰਹੇ ਹਾਂ, ਹੈ ਨਾ, ਰੁਜ਼ਗਾਰ ਲਈ ਸਰਕਾਰੀ ਨੌਕਰੀਆਂ ਸਰਕਾਰ ਨੇ ਕੱਢੀਆਂ 43,000, ਇਹ 77 ਸਾਲ ਦਾ ਰਿਕਾਰਡ ਹੈ, ਕਿਸੇ ਸਰਕਾਰ ਨੇ ਅੱਜ ਤੱਕ 43,000 ਨੌਕਰੀਆਂ ਦਿੱਤੀਆਂ ਹੋਣੀਆਂ ਪਹਿਲੇ 2 ਸਾਲ 'ਚ ਜਿੰਨੀ ਆਮ ਆਦਮੀ ਪਾਰਟੀ ਨੇ ਦਿੱਤੀਆਂ। ਅਤੇ ਉਦੋਂ ਇਲਾਵਾ ਪ੍ਰਾਈਵੇਟ ਇੰਡਸਟਰੀ ਵੀ ਇੱਥੇ ਲਿਆਉਣ ਦੀ ਜਿਹੜੀ ਕੋਸ਼ਿਸ਼ ਪਹਿਲਾਂ ਵੀ ਕੀਤੀ ਹੈ ਅਤੇ ਅਸੀਂ ਆਉਣ ਵਾਲੇ ਸਮੇਂ 'ਚ ਵੀ ਜਦੋਂ ਕੇਂਦਰ 'ਚ ਹੱਥ ਪਊਗਾ ਤਾਂ ਕਰਾਂਗੇ। ਮੈਂ ਇੱਕ ਚੀਜ਼ ਹੋਰ ਤੁਹਾਡੇ ਤੋਂ ਜਾਣਨਾ ਚਾਹ ਰਿਹਾ ਕਿ ਜਦੋਂ ਹੁਣ ਆਪਾਂ ਤੁਹਾਡੇ ਹਲਕੇ ਦੇ ਵਿੱਚ ਵਿਚਰ ਰਹੇ ਹਾਂ ਅਤੇ ਖਾਸ ਤੌਰ ਦੇ ਉੱਪਰ ਮੈਂ ਹੁਣ ਅਗਰ ਸਿਆਸੀ ਥੋੜ੍ਹਾ ਜਿਹਾ ਸਮਝਣਾ ਚਾਹੂੰਗਾ ਤੁਹਾਡੇ ਤੋਂ ਦ੍ਰਿਸ਼ਟੀਕੋਣ ਤੋਂ ਕਿ ਤੁਹਾਡੀ ਫਾਈਟ ਤੁਸੀਂ ਕਿਸ ਦੇ ਨਾਲ ਮੰਨਦੇ ਹੋ, ਖੁਦ ਮੀਤ ਹੇਅਰ ਦੇ ਨਾਲ ਇੱਕ, ਜਾਂ ਫਿਰ ਮਾਨ ਸਾਹਿਬ ਦਾ ਉਹ ਜਿਹੜਾ ਪੁਰਾਣਾ ਰਿਕਾਰਡ ਉਸਨੂੰ ਬਚਾਉਣ ਦੇ ਲਈ, ਕਿਉਂਕਿ ਆਪਣੇ ਤਾਂ ਇਹ ਕਹਿੰਦੇ ਨਾ ਕਿ ਆਪਣੀ ਤਾਂ ਰਾਜਧਾਨੀ, ਆਮ ਆਦਮੀ ਪਾਰਟੀ ਕਹਿੰਦੀ ਸਾਡੀ ਤਾਂ ਰਾਜਧਾਨੀ ਹੈ, ਆਪਾਂ ਨਾਲ ਬੈਠੇ ਬੈਠੇ ਗੱਲਬਾਤ ਵੀ ਕਰਦੇ ਹਾਂ। ਦੇਖੋ ਫਾਈਟ ਅੱਜ ਦੀ ਘੜੀ ਪਰਮਾਤਮਾ ਤੋਂ ਡਰ ਕੇ ਲੋਕਾਂ ਦੇ ਸਾਥ ਨਾਲ, ਮੈਂ ਕਹਿਣਾ ਕਿਸੇ ਦੇ ਨਾਲ ਨਹੀਂ, ਇਹਨਾਂ ਦੀ ਇੱਕ ਦੂਜੇ ਨਾਲ ਲੜਾਈ ਹੈ ਵੀ ਦੂਜੇ ਨੰਬਰ 'ਤੇ ਕਿਹੜਾ ਆਉਂਦਾ, ਹੈ ਨਾ, ਅਸੀਂ ਵੀ ਕਨਫਿਊਜ਼ ਆ ਵੀ ਇਹਨਾਂ ਦੇ ਦੂਜੇ ਨੰਬਰ 'ਤੇ ਕੌਣ ਆਊਗਾ, ਬੜੀ ਫਸਵੀਂ ਟੱਕਰ ਆ ਦੂਜੇ ਨੰਬਰ 'ਤੇ ਆਉਣ ਲਈ। ਅੱਛਾ, ਫਸਵੀਂ ਟੱਕਰ ਦੂਜੇ 'ਤੇ ਆਉਣ, ਦੂਜੇ 'ਤੇ ਆਉਣ ਲਈ ਬੜੀ ਫਸਵੀਂ ਟੱਕਰ ਹੈ। ਪਹਿਲੇ 'ਤੇ ਆਮ ਆਦਮੀ ਪਾਰਟੀ ਬੜੀ ਵੱਡੀ ਲੀਡ ਨਾਲ ਇੱਥੋਂ ਜਿੱਤ ਦਰਜ ਕਰੂਗੀ, ਕਿਉਂਕਿ ਸਾਡੇ ਵਰਕਰ ਵੀ ਨਾ ਜੋ ਪਿਛਲੀ ਵਾਰੀ ਹੋਇਆ, ਕਿਉਂਕਿ ਸਰ 5,000 ਵੋਟ ਦਾ ਤਾਂ ਫਰਕ ਸੀ, ਹੈ ਨਾ, ਸਾਨੂੰ ਉਦੋਂ ਵੀ 34% ਵੋਟ ਪਈ ਸੀ, ਅਤੇ ਇਹਨਾਂ ਦੀਆਂ ਵੋਟਾਂ ਅਕਾਲੀ ਦਲ, ਕਾਂਗਰਸ, ਬੀਜੇਪੀ ਦੀਆਂ ਉੱਧਰ ਜਿਹੜੀਆਂ ਸ਼ਿਫਟ ਹੋਈਆਂ, ਅਤੇ ਕਿਤੇ ਨਾ ਕਿਤੇ ਸਾਡੇ ਵਰਕਰ ਵੀ ਉਦੋਂ ਢਿੱਲੇ ਰਹੇ, ਜ਼ੋਰ ਹੀ ਨਹੀਂ ਲਾਇਆ। ਸੋ ਐਤਕੀ ਤਾਂ ਐਂ ਇਲੈਕਸ਼ਨ ਲੜ ਰਿਹਾ ਜਿਵੇਂ ਸਰਪੰਚੀ ਦੀ ਇਲੈਕਸ਼ਨ ਹੁੰਦੀ ਹੈ, ਵਰਕਰਾਂ ਨੂੰ ਤਾਂ ਕਾਹਲੀ ਹੋਈ ਪਈ ਹੈ ਵੀ ਜਿਹੜਾ ਸਾਡਾ ਕਿਲ੍ਹਾ ਸੀ ਆਮ ਆਦਮੀ ਪਾਰਟੀ ਦਾ, ਉਹ ਦੁਬਾਰਾ ਅਸੀਂ ਫਤਿਹ ਕਰਨਾ, ਅਤੇ ਇੱਥੋਂ ਜਿਹੜੀ ਇਲੈਕਸ਼ਨ ਦੁਬਾਰਾ ਵੱਡੀ ਲੀਡ ਦੇ ਨਾਲ ਜਿੱਤਣੀ ਹੈ। ਤੁਸੀਂ ਦੇਖ ਲਿਓ 4 ਜੂਨ ਨੂੰ ਰਿਜ਼ਲਟ ਹੋਣਗੇ, ਅਤੇ ਇਹ ਗੱਲ ਮੇਰੀ ਬਿਲਕੁਲ ਠੀਕ ਹੈ ਕਿ ਜਮਾਂ ਫਸਵਾਂ ਮੁਕਾਬਲਾ ਨਾ ਦੂਜੇ ਨੰਬਰ 'ਤੇ ਆਉਣ ਲਈ 4 ਜੂਨ ਨੂੰ ਪਤਾ ਪਤਾ ਅੱਛਾ। ਅਤੇ ਮੈਂ ਕਿਉਂਕਿ ਕੋਈ ਪੁੱਛਣਾ, ਕਿਉਂਕਿ ਤੁਹਾਡੇ ਕੋਲ ਸਮਾਂ ਵੀ ਘੱਟ ਹੈਗਾ, ਅਤੇ ਇਹ ਤੁਸੀਂ ਇਹ ਦੱਸੋ ਕਿ ਮਾਨ ਸਾਹਿਬ ਨੇ ਕੋਈ ਗੁਰਮੰਤਰ ਵੀ ਦਿੱਤਾ ਹੈ ਕਿ ਮੇਰੀ ਥਾਂ 'ਤੇ ਜਾ ਕੇ ਬਹਿਣਾ ਉੱਥੇ ਲੋਕ ਸਭਾ ਦੇ ਵਿੱਚ, ਅਤੇ ਆਹ ਚੀਜ਼ਾਂ ਕਰਕੇ ਆਪਾਂ ਪਹੁੰਚਣਾ ਹੈ ਤਾਂ ਕਿ ਇੱਥੇ ਦੇ ਲੋਕਾਂ ਦੀ ਸੇਵਾ ਕਰ ਲਈਏ? ਦੇਖੋ ਮੈਂ ਤਾਂ ਹੋਣਾ, ਨਹੀਂ ਨਹੀਂ ਦੇਖੋ ਮੈਂ, ਅਸੀਂ ਮਾਨ ਸਾਹਿਬ ਦੇ ਨਾਮ 'ਤੇ ਹੀ ਪਹਿਲਾਂ ਉਹਨਾਂ ਨੇ ਸਾਡੀ ਕੰਪੇਨ ਕਰੀ, ਉਹਨਾਂ ਦੇ ਨਾਮ 'ਤੇ ਪੰਜਾਬ ਦੇ ਵਿੱਚ ਸਰਕਾਰ ਬਣੀ, ਪਿਛਲੇ
ਤਕਰੀਬਨ 10 ਸਾਲ ਤੋਂ ਉਹਨਾਂ ਦੇ ਨਾਲ ਜਿਹੜਾ ਕੰਮ ਹੈ ਉਹ ਕਰ ਰਹੇ ਹਾਂ। 14 ਦੀ ਕੰਪੇਨ ਵੀ ਮੈਂ ਦੇਖੀ, 17 ਦੀ ਆਪ ਲੜਿਆ, 19 ਦੀ ਕੰਪੇਨ ਮੈਂ ਦੇਖੀ, 22 'ਚ ਆਪ ਲੜਿਆ। ਸੋ ਮੇਨ ਗੁਰਮੰਤਰ ਤਾਂ ਇਹੀ ਹੈ ਵੀ ਭਾਈ ਲੋਕਾਂ ਦੇ ਵਿੱਚ ਵੜ ਕੇ ਰਹੋ, ਲੋਕਾਂ ਦੀ ਗੱਲ ਕਰੋ, ਲੋਕਾਂ ਦੇ ਨਾਲ ਜਿਹੜਾ ਪ੍ਰੇਮ ਪਿਆਰ ਹੈ ਉਹ ਬਣਾ ਕੇ ਰੱਖੋ। ਮੀਤ 7 ਸਾਲਾਂ ਤੋਂ MLA ਹੈ ਅਤੇ ਕੋਈ ਬੰਦਾ ਬਰਨਾਲੇ ਦਾ ਰੇਹੜੀ ਰਿਕਸ਼ੇ ਵਾਲਾ ਵੀ ਨਹੀਂ ਕਹਿ ਸਕਦਾ ਵੀ ਮੀਤ ਨੂੰ ਮੈਂ ਕਦੇ ਹੱਥ ਦੇ ਕੇ ਰੋਕਣ ਦੀ ਕੋਸ਼ਿਸ਼ ਕੀਤੀ, ਉਹ ਮੀਤ ਰੋਕਿਆ ਨਾ ਹੋਵੇ। ਲੋਕ ਚਾਹੁੰਦੇ ਆ ਵੀ ਭਾਈ ਜਿਹੜਾ ਸਾਡਾ ਨੁਮਾਇੰਦਾ ਸਾਡੇ 'ਚ ਹੋਵੇ, ਸਾਡੀ ਗੱਲ ਸੁਣੇ, ਸਾਡੀ ਗੱਲ ਜਿਹੜੀ ਜਾ ਕੇ ਅੱਗੇ ਕਰੇ। ਸੋ ਮੀਤ ਇਕੱਲਾ ਹੀ ਹੈ ਜਿੰਨੇ ਉਮੀਦਵਾਰ ਨੇ, ਜਿਹੜਾ ਭਾਈ ਸੰਗਰੂਰ ਦਾ ਜਿਹਦਾ ਸਾਰਿਆਂ ਦਾ ਮੀਤ, ਹਾਂ ਮੀਤ ਸਾਰਿਆਂ ਦੇ ਮੀਤ, ਮੀਤ ਇਕੱਲਾ ਹੀ ਹੈ ਜਿਹਨੂੰ ਜਿਹਦਾ ਲੋਕਾਂ ਨੂੰ ਘਰ ਪਤਾ, ਜਿਹਦਾ ਲੋਕਾਂ ਨੂੰ ਇਲਾਕਾ ਪਤਾ, ਜਿਹੜਾ ਸੰਗਰੂਰ ਦੇ ਲੋਕਾਂ ਨੇ ਪਿਛਲੇ 7 ਸਾਲ ਤੋਂ ਪਰਖਿਆ ਹੋਇਆ। ਮੀਤ ਨੂੰ ਪਹਿਲੀ ਵਾਰ 2400 ਵੋਟਾਂ ਦੇ ਨਾਲ ਜਿਤਾਇਆ ਬਰਨਾਲੇ ਵਾਲਿਆਂ ਨੇ ਅਤੇ 5 ਸਾਲ ਪਰਖ ਕੇ ਤਕਰੀਬਨ 40,000 ਵੋਟਾਂ ਦੇ ਨਾਲ ਜਿਤਾਇਆ। ਅੱਛਾ, ਮਤਲਬ ਕਿ ਤੁਸੀਂ ਫੋਨ ਸਾਰੇ ਦਾ ਸੁਣਦੇ ਹੋ, ਜਿਹੜਾ ਬੰਦਾ ਜਦੋਂ ਵੀ ਆਉਂਦਾ, ਕਿਉਂਕਿ ਸਾਨੂੰ ਪੁਰਾਣਾ ਟਾਈਮ ਯਾਦ ਆਉਂਦਾ, ਕਈ ਕਹਿੰਦੇ ਕਿ ਅਸੀਂ ਤਾਂ ਆਪਣੇ ਘਰ ਦੇ ਬਾਹਰ ਲੰਗਰ ਲਾ ਦਿੰਦੇ ਹਾਂ ਜੀ, ਰਾਤ ਨੂੰ ਵੀ ਬੈਠੇ ਹੋਣੇ, ਮੈਂ ਨਾਂ ਨਹੀਂ ਲੈਣਾ ਘਰ ਵਾਲੀ ਗੱਲ ਵੀ ਨਹੀਂ, ਮੈਂ ਗੱਲ ਕਰਨੀ, ਪਰ ਕਹਿੰਦੇ ਅਸੀਂ ਤਾਂ ਸਾਰਿਆਂ ਨੂੰ ਮਿਲਦੇ ਹਾਂ। ਮੀਤ ਹੈ, ਮੀਤ ਨੇ, ਤੁਸੀਂ ਸਾਡੇ ਬਰਨਾਲੇ ਜਾ ਕੇ ਸਰਵੇ ਕਰ ਲਿਓ, ਕੋਈ ਬੰਦਾ ਤੁਹਾਨੂੰ ਸਾਡੇ ਵਿਰੋਧੀ ਪਾਰਟੀ ਵਾਲਾ ਵੀ ਨਹੀਂ ਮਿਲਣਾ ਜਿਹੜਾ ਐਂ ਕਹੇ ਮੀਤ ਕੋਲ ਮੈਂ ਕੰਮ ਗਿਆ ਸੀ, ਮੀਤ ਨੇ ਮੇਰਾ ਕੰਮ ਨਹੀਂ ਕੀਤਾ, ਜਾਂ ਮੀਤ ਨੂੰ ਮਿਲ ਗਿਆ ਸੀ, ਮੀਤ ਮੈਨੂੰ ਮਿਲਿਆ ਨਹੀਂ। ਮੈਂ ਕਿਹਾ ਮੀਤ ਨੂੰ ਜੀ ਹਰੇਕ ਪਰਿਵਾਰ 'ਚੋਂ ਬਰਨਾਲੇ ਤੋਂ ਪਹਿਲਾਂ 2 ਵਾਰੀ ਵੋਟ ਪਈ ਹੈ। ਮੈਂ ਕਹਿੰਦਾ ਵੀ ਜਿਹੜੇ ਅਕਾਲੀ, ਕਾਂਗਰਸੀ, BJP 50-50 ਸਾਲ ਦੇ ਪਰਿਵਾਰ ਨੇ ਉਹਨਾਂ ਦੇ ਵਿੱਚੋਂ ਮੈਨੂੰ ਵੋਟਾਂ ਪੈਂਦੀਆਂ, ਇਕੱਲੇ ਨੂੰ 50% ਵੋਟ ਜਿਹੜੀ ਹੈ ਉਹ ਮੀਤ ਨੂੰ ਪੈਂਦੀ ਹੈ। ਉਹ ਇਸੇ ਕਰਕੇ ਪੈਂਦੀ ਹੈ ਕਿਉਂਕਿ ਹਰੇਕ ਪਰਿਵਾਰ 'ਚੋਂ ਜਿਹੜੀ ਵੋਟ ਹੈ ਉਹ ਪੈਂਦੀ ਹੈ, ਅਤੇ ਉਹਨਾਂ ਪਾਰਟੀਆਂ ਲੀਡਰ ਆਪ ਮੰਨਦੇ ਆ ਵੀ ਯਾਰ ਸਾਡੇ ਪਰਿਵਾਰ ਦੇ ਵੀ ਬੱਚੇ ਜਿਹੜੇ ਤੈਨੂੰ ਵੋਟ ਜਿਹੜੀ ਹੈ ਉਹ ਪਾਉਂਦੇ ਆ। ਮੈਂ ਨਾਲ ਕੁਇਕਲੀ ਪੁੱਛਣਾ ਹੈ, ਜਿਵੇਂ ਪਹਿਲੇ ਤਾਂ ਇਹ ਸੀਗਾ ਕਿ ਤੁਸੀਂ ਜਿਵੇਂ 1st ਟੱਕਰ 2nd ਨੰਬਰ 'ਤੇ ਪਰ ਬੋਲੀ, ਹੁਣ ਕਹਿੰਦੇ ਖਹਿਰਾ ਸਾਹਿਬ ਨਾਲ ਤਾਂ ਪਹਿਲੇ 1st ਟੱਕਰ ਦਿਖਾਈ ਦੇ ਰਹੀ ਸੀ, ਪਰ ਗੋਲਡੀ ਦੇ ਇੱਧਰ ਆਉਣ ਦੇ ਨਾਲ ਕਹਿੰਦੇ ਕੰਮ ਥੋੜ੍ਹਾ ਸੌਖਾ ਹੋਇਆ, ਅਤੇ ਇਹ ਫੈਕਟਰ ਹੈ ਕਿ ਨਹੀਂ? ਨਹੀਂ ਦੇਖੋ, ਕੁਦਰਤੀ ਹੈ, ਜਿਹੜਾ ਕੋਈ ਬੰਦਾ ਆਉਂਦਾ ਹੈਗਾ ਉਹ ਵੀ ਐਕਸ MLA ਹੋਵੇ, ਯੰਗ ਫੇਸ ਹੋਵੇ, ਲੋਕ ਸਭਾ ਦੀ ਇਲੈਕਸ਼ਨ ਲੜ ਚੁੱਕੇ ਨੇ ਉਹ ਵੀ ਰੀਸੈਂਟਲੀ, ਕੁਦਰਤੀ ਹੈ ਵੀ ਉਹਨਾਂ ਦੇ ਸਾਰੇ ਹਲਕਿਆਂ ਦੇ ਵਿੱਚ ਗੋਲਡੀ ਜੀ ਦੇ ਬੰਦੇ ਵੀ ਹੈ, ਉਹਦੇ ਨਾਲ ਬੂਸਟ ਤਾਂ ਜਿਹੜਾ ਆਮ ਆਦਮੀ ਪਾਰਟੀ ਨੂੰ ਜਿਹੜਾ ਉਹ ਮਿਲਿਆ, ਇਹਦੇ 'ਚ ਕੋਈ ਦੋ ਰਾਏ ਨਹੀਂ। ਸੋ ਇਹਦੇ ਨਾਲ ਹੋਰ ਲੀਡ ਜਿਹੜੀ ਪਹਿਲਾਂ ਵੀ ਲੀਡ ਸੀ, ਹੋਰ ਲੀਡ ਜਿਹੜੀ ਆ ਉਹਦੇ ਵਿੱਚ ਇਜਾਫਾ ਹੋਊਗਾ, ਅਤੇ ਮਾਨ ਸਾਹਿਬ ਵਾਲਾ ਰਿਕਾਰਡ ਦੀ ਵੀ ਅਸੀਂ ਕਹਿ ਲਓ ਵੀ ਉਹਨੂੰ ਇੰਪਰੂਵ ਕਰਾਂਗੇ, ਤੋੜਨਾ ਨਹੀਂ, ਇੰਪਰੂਵ ਕਰਨਾ ਜਦੋਂ, ਕਿਉਂਕਿ ਉਹ ਸਾਡੇ ਹੀ ਲੀਡਰ ਦਾ ਰਿਕਾਰਡ ਹੈ ਵੀ ਉਹਨਾਂ ਦੇ ਨਾਮ 'ਤੇ ਇਲੈਕਸ਼ਨ ਇੰਪਰੂਵ ਕਰਾਂਗੇ। ਹਾਂ ਚਲੋ, ਬਹੁਤ ਬਹੁਤ ਧੰਨਵਾਦ ਤੁਹਾਡਾ, ਸਾਡਾ ਗੱਲਬਾਤ ਕਰਨ ਲਈ, ਤੁਹਾਡਾ ਸਮਾਂ ਕੀਮਤੀ ਹੈ ਮੀਤ ਜੀ, ਅਤੇ ਤੁਸੀਂ ਅੱਗੇ ਵੀ ਵਧਣਾ ਹੈਗਾ, ਤਾਂ ਉਮੀਦ ਇਹੀ ਕਰਦੇ ਜੋ ਰਿਜ਼ਲਟ ਆਏ ਤਾਂ ਜਿਹੜੀ ਜਿੰਨੇ ਵੀ ਮਿਹਨਤ ਕੀਤੀ ਹੋਏਗੀ ਉਹ ਸਾਹਮਣੇ ਆਉਣਾ ਚਾਹੀਦਾ। ਅਸੀਂ ਤਾਂ ਇਹੀ ਕਹਿਣੇ ਹਾਂ ਜੀ ਵੀ ਜਿਹੜਾ ਇਮਾਨਦਾਰੀ ਦੇ ਨਾਲ ਕੰਮ ਕਰਦਾ, ਜਿਹੜਾ ਮਿਹਨਤੀ ਹੈ, ਅਤੇ ਜਿਹਨੇ ਕਿਸੇ ਨਾਲ ਕਦੇ ਬੇਈਮਾਨੀ ਨਹੀਂ ਕੀਤੀ, ਪਰਮਾਤਮਾ ਸੰਗਰੂਰ ਤੋਂ ਉਹਨੂੰ ਜਿਤਾਵੇ। ਚਲੋ, ਬਹੁਤ ਬਹੁਤ ਧੰਨਵਾਦ ਤੁਹਾਡਾ ਗੱਲਬਾਤ ਕਰਨ ਦੇ ਲਈ, ਥੈਂਕ ਯੂ, ਧੰਨਵਾਦ। ਸੋ ਜਿਸ ਤਰੀਕੇ ਦੇ ਨਾਲ ਮੀਤ ਹੇਅਰ ਆਪਣੇ ਵੱਲੋਂ ਮਿਹਨਤ ਕਰ ਰਹੇ ਨੇ, ਬਾਕੀ ਕੈਂਡੀਡੇਟਸ ਵੀ ਕਰ ਰਹੇ ਨੇ, ਅਤੇ ਉਮੀਦ ਇਹੀ ਹੈ ਕਿ ਲੋਕ ਦੇਖਣ ਕਿ ਕੌਣ ਉਹਨਾਂ ਦੇ ਮੂਹਰੇ ਕਿਹੜਾ ਵਿਜ਼ਨ ਲੈ ਕੇ ਆਉਂਦਾ ਸੰਗਰੂਰ ਦੀ ਬਿਹਤਰੀ ਲਈ, ਸੰਗਰੂਰ ਦੀ ਤਰੱਕੀ ਦੇ ਲਈ। ਸੰਗਰੂਰ ਤੋਂ ਇਜਾਜ਼ਤ ਦਿਓ, ਧੰਨਵਾਦ।